ਲੱਗਦਾ ਵੀ ਯਾਰ ਜਹਾਜ਼ ਨੇ ਉਹ ਵੀ ਦੇਖੋ ਬਹੁਤ ਕੀਮਤ ਵੀ ਬਹੁਤ ਹੋ ਗਈ ਸਰ ਐਸਟੀਮੇਟ ਕਿੰਨਾ ਲਾ ਕੇ ਚੱਲਿਆ ਭਾਈ ਇੱਕ ਦਾ 20 ਲੱਖ ਹਾਂ ਮਤਲਬ ਵੈਸੇ ਤਾਂ 20 ਤੋਂ 22 ਲੱਖ ਤੱਕ ਦਾ ਹੈ ਇਸ ਦਾ ਬਹੁਤ ਵੱਡੀ ਕੀਮਤ ਹੈ ਜੀ ਚਲੋ ਜੀ ਦੇਖਿਆ ਜਾਵੇ ਬਹੁਤ ਕੈਂਟ ਫੀਲਿੰਗ ਜੀ ਆਂਦੀ ਹੈ ਨਾ ਸੀਰੀਅਸਲੀ ਮੈਨੂੰ ਤਾਂ ਬਹੁਤ ਕੈਂਟ ਫੀਲਿੰਗ ਆ ਰਹੀ ਆ ਅੱਜ ਇੱਥੇ ਆ ਕੇ बहुत वधिया कीमत ते मिल सकदी है ते तुहाडे अपने ही रेंज दे विच मिल जांदी आ बॉम्बे तक तो रेस्टोरेंट दे मालिक आके इत्थे खुद विजिट कर चुके ने और शायद तुहानू पता होगा सिद्धू मूसे वाले ने इत्थे अपने गाने च भी कहा सी कि बॉम्बे वाले असीं मानसा पिंड लियाने शुरू कर दिते ने मिठू कुवाड़िए को सब तरह गड्डियां अवेलेबल होंदियां ने जिहड़े मर्जी स्टेट की गड्डी खाली पंजाब नहीं चाहे एमपी होवे चाहे हरियाणा होवे चाहे दिल्ली होवे उन्हें एक सरकारी गड्डी खड़ी है भारत सरकार की सरकारी गड्डी है ये मिठू कुवाड़िया जो है इन्हें ही परचेज की है इतने सारा कुछ है कि अपना मकैनिक लियाओ और तुसी इहदे विच जिहड़ा पार्ट चाहिए तुसी पार्ट्स लैके जा सकते हो चीजा खरीदन तक आए ने दोस्तों मैं सो अज असि पहुंचे जी मानसा विखे जिथे कि तुहानू सब नू पता ही आ वैसे तो तुसी मेरे पीछे बैकग्राउंड देख के जजमेंट कर ही चुके होंगे कि असि किथे पहुंचे हुए आ जी हाँ तुसी बिल्कुल सही पहचाने असि पहुंचे हुए आ मानसा च मिठू कुवाड़िया दे तो मेरे नाल इत्थे मौजूद ने वैसे मैं दस दूंगा मिठू कुवाड़िया जी तो साडे नाल इत्थे इस वक्त मौजूद नहीं हैगे बट उन्हां दे बेटा डिंपल जी ने उन्हां दे नाल गलबात करदे आ सारे इस वैसे तुहानू दिखावांगे भी जो जो भी चीजां इत्थे हैगियां ने तुहानू एक मतलब छोटी चीज तो लैके वड्डी चीज तक हर चीज इत्थे अवेलेबल है तुसी किसी भी चीज नू खरीद सकदे हो ते नाल ही बेच भी सकदे हो जी सत श्री अकाल जी सर किवें ਸੋ ਇਹਨੇ ਆਪਣੇ ਨਾਲ ਡਿੰਪਲ ਜੀ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਸਾਡੇ ਇਸ ਚੈਨਲ ਤੇ ਅਸੀਂ ਆਪਾਂ ਗੱਲਬਾਤ ਕਰਾਂਗੇ ਵੈਸੇ ਮੈਨੂੰ ਪਤਾ ਪਹਿਲਾਂ ਵੀ ਤੁਹਾਡੀ ਬਹੁਤ ਇੰਟਰਵਿਊਜ਼ ਹੋ ਚੁੱਕੀਆਂ ਨੇ ਹਨਾ ਸੋ ਇੱਕ ਕਰਿਓਸਿਟੀ ਹੁੰਦੀ ਆ ਲੋਕਾਂ ਨੂੰ ਆਪਣੇ ਪੰਜਾਬੀਆਂ ਨੂੰ ਤਾਂ ਖਾਸ ਕਰਕੇ ਜੇਕਰ ਦੇਖਿਆ ਜਾਵੇ ਹੈਲੀਕਾਪਟਰ ਦੋ ਦੋ ਖੜੇ ਨੇ ਹਨਾ ਮਤਲਬ ਕੀ ਮਾਈਂਡ ਦੇ ਵਿੱਚ ਆਇਆ ਕੁਝ ਨਹੀਂ ਵੈਸੇ ਤੁਹਾਨੂੰ ਨਾ ਇਹ ਲੱਗਿਆ ਵੀ ਅਲੱਗ ਜੀ ਚੀਜ਼ ਲੈਣੀ ਹੈ ਕਿ ਤੁਹਾਨੂੰ ਪਤਾ ਲੱਗਿਆ ਇੱਕ ਵਾਰ ਅਸੀਂ ਪਹਿਲਾਂ ਵੀ ਲਿਆ ਸੀਗਾ ਉਦੋਂ ਇਹਨਾਂ ਨੇ ਡਿਸਮੈਂਟਲ ਕਰਕੇ ਸਾਨੂੰ ਦਿੱਤਾ ਸੀਗਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਇਹਦਾ ਪ੍ਰੋਸੈਸ ਸਾਰਾ ਪਤਾ ਕੀਤਾ ਤੇ ਸਾਨੂੰ ਪਤਾ ਲੱਗਿਆ ਵੀ ਇਹ ਕੰਪਲੀਟ ਹੋ ਜਾਣਗੇ ਤੇ ਫਿਰ ਇਹਦੇ ਪਿੱਛੇ ਪਏ ਤਿੰਨ ਵਾਰ ਰਿਜੈਕਟ ਵੀ ਹੋਏ ਫਿਰ ਸਾਨੂੰ ਇਹ ਸੋਲਡ ਹੋਏ ਅੱਛਾ ਅੱਛਾ ਓਕੇ ਕਿ ਮਤਲਬ ਇਹਨਾਂ ਕੋਲੇ ਤੁਸੀਂ ਦੇਖ ਸਕਦੇ ਵੈਸੇ ਤਾਂ ਦੋ ਹੈਗੇ ਆ ਹੁਣ ਹੈਲੀਕਾਪਟਰ ਮੇਰੇ ਪਿੱਛੇ ਬਟ ਇਹਨਾਂ ਨੇ 6 ਪਰਚੇਸ ਕੀਤੇ ਸੀ ਹਨਾ ਜੀ 6 ਲਏ ਸੀ ਇਹਨਾਂ ਨੇ ਤੇ ਜਿਨ੍ਹਾਂ ਦੇ ਵਿੱਚ ਕਿ 4 ਨੇ ਜਿਹੜੇ ਉਹ ਵਿਕ ਚੁੱਕੇ ਨੇਗੇ ਸਰ ਮਤਲਬ ਇਹ ਵੀ ਹੁਣ ਵੀ ਕਾਉਣੇ ਜਾਂ ਇਹ ਰੱਖਣੇ ਨੇਗੇ ਨਹੀਂ ਇਹ ਵੀ ਜੇ ਜੇ ਇਹ ਲੈ ਕੇ ਫਿਰ ਲੋਕ ਕਿੱਦਾਂ ਆਣਗੇ ਇੱਥੇ ਦੇਖਣ ਦੇ ਲਈ ਕੋਈ ਨਹੀਂ ਹੋਰ ਕੁਛ ਆ ਜੀ ਨਾ ਪਰਮਾਤਮਾ ਨੇ ਜਾਇਆ ਕੁਛ ਹੋਰ ਆ ਜੀ ਮਤਲਬ ਦੇਖਿਆ ਵੀ ਕਵਾੜ ਦੇ ਵਿੱਚ ਆਪਾਂ ਮੋਸਟਲੀ ਚੀਜ਼ਾਂ ਦੇਖਦੇ ਹਾਂ ਬਹੁਤ ਹੁੰਦੀਆਂ ਨੇ ਪਰ ਇਹ ਸਾਡੇ ਕੋਲੇ ਅਲੱਗ ਦੀ ਮਤਲਬ ਸੀਰੀਅਸਲੀ ਸੋਚ ਕੇ ਵੀ ਇਹ ਲੱਗਦਾ ਵੀ ਯਾਰ ਜਹਾਜ਼ ਨੇ ਉਹ ਵੀ ਦੇਖੋ ਬਹੁਤ ਕੀਮਤ ਵੀ ਬਹੁਤ ਹੋ ਗਈ ਸਰ ਐਸਟੀਮੇਟ ਕਿੰਨਾ ਲਾ ਕੇ ਚੱਲਿਆ ਭਾਈ ਇੱਕ ਦਾ 20 ਲੱਖ ਹਾਂ ਮਤਲਬ ਵੈਸੇ ਤਾਂ 20 ਤੋਂ 22 ਲੱਖ ਤੱਕ ਦਾ ਹੈ ਇਸ ਦਾ ਬਹੁਤ ਵੱਡੀ ਕੀਮਤ ਹੈ ਜੀ ਚਲੋ ਜੀ ਦੇਖਿਆ ਜਾਵੇ ਫਿਰ ਉਸ ਤੋਂ ਬਾਅਦ ਇਹ ਕੀ ਮਤਲਬ ਲੋਕ ਕਿਉਂ ਖਰੀਦਣ ਇਸ ਚੀਜ਼ ਨੂੰ ਰੀਜ਼ਨ ਲੋਕ ਵੈਸੇ ਉਹੀ ਸ਼ੌਂਕ ਦੇ ਤੌਰ ਤੇ ਜਿਵੇਂ ਕਿਸੇ ਨੇ ਫਾਰਮ ਹਾਊਸ ਲਗਾਤਾ ਕਿਸੇ ਨੇ ਰਿਜ਼ੋਰਟਸ ਲਗਾਤਾ ਕਿਸੇ ਨੇ ਉਹੀ ਆਪਦੀ ਪਹਿਚਾਣ ਲਈ ਬਸ ਜਿਵੇਂ ਖੜਾ ਕਰਤਾ ਕਿਤੇ ਕਿਸੇ ਨੇ ਫੈਕਟਰੀ ਲਗਾਈ ਸੀ ਉਹਨਾਂ ਨੇ ਵੀ ਬਾਹਰ ਲਗਾਤਾ ਵੀ ਐਡਰੈਸ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਬਸ ਬਿਲਕੁਲ ਪਤਾ ਲੱਗ ਗਿਆ ਤਾਂ ਜੀ 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 ਆਓ ਆਪਾਂ ਦਰਸ਼ਕਾਂ ਨੂੰ ਵੀ ਦਿਖਾ ਦਿੰਦੇ ਆ ਜੀ ਆਓ ਤੁਸੀਂ ਦੇਖ ਸਕਦੇ ਹੋ ਵੈਸੇ ਤਾਂ ਬਹੁਤ ਕੈਂਟ ਫੀਲਿੰਗ ਜੀ ਆਉਂਦੀ ਆ ਨਾ ਸੀਰੀਅਸਲੀ ਮੈਨੂੰ ਤਾਂ ਬਹੁਤ ਕੈਂਟ ਫੀਲਿੰਗ ਆ ਰਹੀ ਆ ਅੱਜ ਇੱਥੇ ਆ ਕੇ ਸੋ ਤੁਸੀਂ ਅੰਦਰ ਵੀ ਇੱਕ ਵਾਰੀ ਦਿਖਾ ਸਕਦੇ ਹੋ ਸਰ
ਹੋਰ ਆਪਣੇ ਕੋਲ ਇੱਥੇ ਕੀ ਕੀ ਚੀਜ਼ਾਂ ਨੇ ਕੀ ਜਿਹੜੀ ਸਾਡੇ ਕੋਲ ਸਾਰਾ ਮਸ਼ੀਨਰੀ ਪਾਰਟ ਹੁੰਦਾ ਗੱਡੀਆਂ ਦੇ ਪਾਰਟਸ ਹੁੰਦੇ ਆ ਕੋਈ ਵੀ ਮਸ਼ੀਨਰੀ ਦਾ ਹੋਗਾ ਜਨਰੇਟਰ ਦਾ ਪਾਰਟ ਹੋ ਗਿਆ ਜਾਂ ਮੋਡੀਫਾਈ ਜੀਪ ਜਿਪਸੀ ਉਹਨਾਂ ਦੇ ਪਾਰਟਸ ਹੋ ਗਏ ਜਾਂ ਕੰਪਲੀਟ ਵੀ ਹੋ ਗਿਆ बहुत पुरानी पुरानी चीजा संभालिया हुई है ना मतलब जेडी भी चीज ते लोग अगर मांगते ने तुहाडे कोल नहीं हुंदी तां तुसी उसी चीज नूं खरीद लैंदे हो ना खरीद भी लैंदे आ बाकी देखो तुसी है ना मतलब इन्निया पुरानिया चीजा इत्थे तुहानू मतलब जो भी चीज तुसी चाहोगे वो तुहानू बहुत वधिया कीमत ते मिल सकदी है ते तुहाडे अपने ही रेंज दे विच मिल जांदी आ सो घट वध भी हो जांदा जी ते इह तां जरूरी आ ना होणा भी चाहिंदा दर्शकां दे लई बाकी तां होर भी चीजा ते साडे नाल इत्थे होर भी तुसी देख सकदे हो ते भाई भाई जी की है तुसी किद्दा आए इत्थे कुछ परचेस करन लई तां वैसे देख हेलीकॉप्टर वगैरह देखण लई मैं जॉब इत्थे अच्छा तुसी जॉब कर दे थे हां जी तुसी ए ड्राइवर आ मेरा ए देखण आया हेलीकॉप्टर अच्छा ठीक है की लगे कुछ डिफरेंट दा लगे थानू सब तो पहले जहाज लिया जहाज करके अगे सेल की ਜਿਹਦੇ ਵਿੱਚ ਦੋ ਜਿਹੜੇ ਆਏ ਸੀ ਉਹਨਾਂ ਨੇ ਉੱਥੇ ਆਪਣਾ ਹੋਟਲ ਖੋਲੇ ਜਾਂ ਜੇ ਵੀ ਉਹ ਸੁਵਿਧਾ ਉਹਨਾਂ ਵਿੱਚ ਬਿਲਕੁਲ ਉਹੀ ਦੇ ਰਹੇ ਨੇ ਜੋ ਤੁਹਾਨੂੰ ਫੀਲਿੰਗ ਆਏਗੀ ਉੱਚ ਹੋਟਲ ਵਰਗੀ ਉਹ ਸੇਮ ਉਹੀ ਫੀਲਿੰਗ ਆਏਗੀ ਜੋ ਜੇ ਤੁਸੀਂ ਜਹਾਜ਼ 'ਚ ਲੈ ਰਹੇ ਹੋ ਜਿਹੜੀ ਫੀਲਿੰਗ ਮਤਲਬ ਬਹੁਤ ਬਹੁਤ ਜ਼ਿਆਦਾ ਵੱਡੀ ਗੱਲ ਹੈ ਇੱਕ ਵਾਰੀ ਫਿਰ ਤੋਂ ਰਿਪੀਟ ਕਰ ਦੋਗੇ ਇਹੀ ਤੁਸੀਂ ਜਹਾਜ਼ ਵਾਲੀ ਗੱਲ ਸਾਡੇ ਦਰਕਾ ਸਰ ਜੀ ਜ਼ਰੂਰ ਕੈਮਰਾ ਇਹਨਾਂ ਤੇ ਜ਼ੂਮ ਕਰ ਦਿਓ ਤੇ ਇਹ ਗੱਲ ਰਿਪੀਟ ਕਰੋ ਜੀ ਦੁਬਾਰਾ रेस्टोरेंट मालिक का कहना कि असी रेस्टोरेंट फिलिंग देवे जिहड़ा की सवारी मिलती है जहाज के कह का मतलब कि तुसी यही सोचोगे कि तुसी जहाज के ही बैठे हो फोटो भी क्लिक करते हुए नजर आने देखो मतलब आंटी भी आए हुए बहुत दूर दूर लोग आते ने जी सो एक पहला ही सिद्धू मूसे वाले करके मानसा का नाम बहुत ज्यादा चर्चित दे विच आ ते नाल ही दूसरा नाम जेकर देखा जावे ते सिद्धू कौड़ी दे नाम करके मानसा का नाम जेड़ा होर ज्यादा प्रफुल्लित होए सो आपां तुहानू होर भी चीजें दिखाने आ ਵੀ ਇੱਥੇ ਹੋਰ ਤੁਹਾਨੂੰ ਕੀ ਕੀ ਜਿਹੜੀਆਂ ਚੀਜ਼ਾਂ ਮਿਲ ਸਕਦੀਆਂ ਨੇਗੀਆਂ ਅਸੀਂ ਤਾਂ ਤੁਸੀਂ
ਸਾਰੀਆਂ ਚੀਜ਼ਾਂ ਮੇਰੇ ਨਾਲ ਦੇਖ ਲਈਆਂ ਤੇ ਮੇਰੇ ਨਾਲ ਅਰਜੀਤ ਸਰ ਨੇ ਇਹਨਾਂ ਤੋਂ ਵੀ ਪੁੱਛ ਲਿਆ ਹਾਂ ਜੀ ਸਰ ਤੁਸੀਂ ਵੀ ਪਹਿਲਾਂ ਇੰਟਰਵਿਊ ਕੀਤੀ ਹੋਈ ਬਿਲਕੁਲ ਸਰ ਅਸੀਂ ਵੀ ਪਹਿਲਾਂ ਇੱਥੇ ਆ ਕੇ ਇਹਨਾਂ ਦੇ ਇੰਟਰਵਿਊ ਲਈ ਸੀ ਜਦੋਂ ਇਹਨਾਂ ਨੇ ਫਸਟ ਟਾਈਮ ਇਹਨਾਂ ਨੇ ਆਪਣੇ ਜਹਾਜ਼ ਲਿਆਂਦੇ ਸੀਗੇ ਜਹਾਜ਼ ਦੇ ਕਰਕੇ ਕਾਫੀ ਮਾਨਸਾ ਨੂੰ ਇੱਕ ਤਾਂ ਸਿੱਧੂ ਮੂਸੇ ਵਾਲੇ ਦੇ ਕਰਕੇ ਕਾਫੀ ਮਸ਼ਹੂਰ ਕੀਤਾ ਗਿਆ ਮਾਨਸਾ ਨੂੰ ਮਾਨਸੇ ਸ਼ਹਿਰ ਨੂੰ ਇੱਕ ਪਿਛੜਾ ਸ਼ਹਿਰ ਕਿਹਾ ਜਾਂਦਾ ਸੀ ਜਿਹਦੇ ਕਰਕੇ ਮਾਨਸਾ ਸ਼ਹਿਰ ਨੂੰ ਪਹਿਲਾਂ ਜਾਣਿਆ ਨਹੀਂ ਜਾਂਦਾ ਸੀ ਹੁਣ ਅੱਜ ਦੇ ਟਾਈਮ ਤੇ ਸਿੱਧੂ ਮੂਸੇ ਵਾਲੇ ਟਾਈਮ ਦੇ ਨਾਮ ਤੇ ਇੱਕ ਮਾਨਸਾ ਸ਼ਹਿਰ ਦੇ ਨਾਮ ਕਾਫੀ ਉੱਪਰ ਆਇਆ ਔਰ ਮੈਮ ਨੂੰ ਦੱਸਣਾ ਚਾਹੁੰਦਾ ਹੈ ਕਿ ਇੱਥੇ ਇੱਕ ਮਿੱਠੂ ਕਵਾੜੀਆ ਦੇ ਨਾਂ ਤੇ ਬੜਾ ਮਸ਼ਹੂਰ ਸੀਗਾ ਉਹਨਾਂ ਨੇ ਫਸਟ ਟਾਈਮ ਇੱਥੇ ਇੱਕ ਸੈਂਪਲ ਤੌਰ ਤੇ 5 ਜਹਾਜ਼ ਲਿਆਂਦੇ ਸੀ ਬੰਬੇ ਤੱਕ ਤੋਂ ਇਹਨਾਂ ਜਿਹੜੇ ਰੈਸਟੋਰੈਂਟ ਦੇ ਮਾਲਿਕ ਆ ਕੇ ਇੱਥੇ ਖੁਦ ਵਿਜ਼ਿਟ ਕਰ ਚੁੱਕੇ ਨੇ ਔਰ ਸ਼ਾਇਦ ਤੁਹਾਨੂੰ ਪਤਾ ਹੋਏਗਾ ਸਿੱਧੂ ਮੂਸੇ ਵਾਲੇ ਨੇ ਇੱਥੇ ਇਹ ਆਪਣੇ ਗਾਣੇ 'ਚ ਵੀ ਕਿਹਾ ਸੀਗਾ ਕਿ ਬੰਬੇ ਵਾਲੇ ਅਸੀਂ ਮਾਨਸਾ ਪਿੰਡ ਲਿਆਉਣੇ ਸ਼ੁਰੂ ਕਰ ਦਿੱਤੇ ਨੇ ਇਹਦਾ ਮਤਲਬ ਇਹ ਸੀਗਾ ਕਿ ਜਿਹੜੇ ਮਾਨਸੇ ਤੋਂ ਰੈਸਟੋਰੈਂਟ ਤੋਂ ਚੱਲ ਕੇ ਆਏ ਸੀਗੇ ਉਹ ਇੱਕ ਜਹਾਜ਼ ਲੈਣੇ ਆਏ ਸੀ ਕਿਉਂਕਿ ਜਹਾਜ਼ ਦੇ ਵਿੱਚ ਉਹਨਾਂ ਨੇ ਆਪਣਾ ਇੱਕ ਰੈਸਟੋਰੈਂਟ ਖੋਲ ਲਈ ਉਹ ਮਾਲਿਕ ਦਾ ਕਹਿਣਾ ਸੀਗਾ ਕਿ ਇਹਦੇ ਵਿੱਚ ਰੈਸਟੋਰੈਂਟ ਦੇ ਵਿੱਚ ਅਸੀਂ ਉਹ ਚੀਜ਼ ਖੋਲਾਂਗੇ ਕਿ ਜਿਹੜਾ ਕਿ ਇੱਕ ਇੰਪਲਾਈ ਜਾਂ ਇੱਕ ਕਸਟਮਰ ਉਹਦੇ ਵਿੱਚ ਜਿਸ ਤਰ੍ਹਾਂ ਜਹਾਜ਼ 'ਚ ਬੈਠਾ ਹੈ ਇਹਨੂੰ ਹੋਸਟਲ ਲਾਇਨ ਗਿਆ ਆਰਡਰ ਲੈਣ ਗਿਆ ਆਰਡਰ ਵੀ ਉਹ ਚੀਜ਼ ਦਾ ਲੈਣ ਗਿਆ ਜੋ ਜਹਾਜ਼ 'ਚ ਅਵੇਲੇਬਲ ਕੀਤਾ ਜਾਂਦਾ ਆ ਇਸੇ ਤਰ੍ਹਾਂ ਮੈਂ ਉਹਨੂੰ ਹੋਰ ਕੁਝ ਦੱਸਣਾ ਚਾਹੁੰਦਾ ਕਿ ਇੱਥੇ ਹਰ ਚੀਜ਼ ਮਿਲ ਜਾਂਦੀ ਹੈ ਜਿਹੜੀ ਗੱਡੀ ਕੀ ਤੁਸੀਂ ਸੋਚੀ ਵੀ ਨਹੀਂ ਹੋਏਗੀ ਉਹ ਗੱਡੀ ਇਹਨਾਂ ਕੋਲ ਖੜੀ ਹੋਏਗੀ ਆਹ ਗੱਡੀ ਗੱਡੀ ਵੱਲ ਵੀ ਆਪਾਂ ਫਿਰ ਲਈ ਜਾਂਦੇ ਹਾਂ ਤੁਸੀਂ ਨਾ ਨਾ ਦੇਖ ਸਕਦੇ ਹੋ ਕਿ ਸਾਰੀਆਂ ਚੀਜ਼ਾਂ ਸਾਡੇ ਹੈਗੇ ਨੇ ਨਾਲ ਹੀ ਇਹ ਆ ਚੱਲਦੇ ਪੋਡਕਾਸਟ ਦੇ ਸਾਡੇ ਬਾਕੀ ਦੇ ਮਿੱਠੂ ਕੁਵਾੜੀਏ ਕੋਲ ਸਾਰੇ ਤਰ੍ਹਾਂ ਦੀਆਂ ਗੱਡੀਆਂ ਅਵੇਲੇਬਲ ਹੁੰਦੀਆਂ ਨੇ ਇਹਦੇ ਵਿੱਚ ਜਿਹੜੇ ਮਰਜ਼ੀ ਸਟੇਟ ਦੀ ਗੱਡੀ ਇਕੱਲੀ ਪੰਜਾਬ ਨਹੀਂ ਚਾਹੇ MP ਹੋਵੇ ਚਾਹੇ ਹਰਿਆਣਾ ਹੋਵੇ ਚਾਹੇ ਦਿੱਲੀ ਹੋਵੇ ਜਿੱਥੇ ਵੀ ਇਹਨਾਂ ਨੂੰ ਗੱਡੀਆਂ ਮਿਲਦੀਆਂ ਇਹ ਚੁੱਕ ਕੇ ਲੈ ਕੇ ਆਉਂਦੇ ਨੇ ਹਾਂਜੀ ਜਿਸ ਤਰ੍ਹਾਂ ਤਾਂ ਤੁਸੀਂ ਦੇਖ ਸਕਦੇ ਹੋ ਹੁਣ ਇੱਕ ਸਰਕਾਰੀ ਗੱਡੀ ਖੜੀ ਹੈ ਭਾਰਤ ਸਰਕਾਰ ਦੀ ਸਰਕਾਰੀ ਗੱਡੀ ਹੈ ਇਹ ਮਿੱਠੂ ਕੁਵਾੜੀਆ ਜੋ ਹੈ ਇਹਨੇ ਹੀ ਪਰਚੇਜ਼ ਕੀਤੀ ਹੈ ਇੱਥੇ ਸਾਰਾ ਕੁਝ ਹੀ ਮਿਲ ਜਾਂਦਾ ਹੈ ਇੱਥੇ ਆ ਕੇ ਜਿਹੜਾ ਬੰਦਾ ਸੈਕਿੰਡ ਹੈਂਡ ਗੱਡੀ ਵੀ ਲੈਣਾ ਚਾਹੁੰਦਾ ਉਹ ਵੀ ਅਵੇਲੇਬਲ ਹੈ ਜਾਂ ਆਪਣੀ ਗੱਡੀ ਦੇ ਲਈ ਸੈਕਿੰਡ ਹੈਂਡ ਪਾਰਟ ਵੀ ਲੈਣਾ ਚਾਹੁੰਦਾ ਹੈ ਉਹ ਆਪਣਾ ਮਕੈਨਿਕ ਲਿਆਵੇ ਇਹਨਾਂ 'ਚੋਂ ਪਾਰਟ ਜਿਹੜਾ ਚਾਹੀਦਾ ਉਹ ਨਿਕਾਲੇ ਤੇ ਉਹ ਆਪਣਾ ਲੈ ਕੇ ਜਾ ਸਕਦਾ ਹੈ ਇਸੇ ਤਰ੍ਹਾਂ ਸਾਰਾ ਉਹਨਾਂ ਦਾ ਭਰਿਆ ਹੋਇਆ ਹੈ ਮਿੱਠੂ ਕੁਵਾੜੀਆ ਦਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਮਿੱਠੂ ਕੁਵਾੜੀਆ ਦਾ ਹੀ ਰੇਂਜ ਹੈ ਉਹਦੇ ਵਿੱਚ ਜਨਰੇਟਰ ਵੀ ਪਏ ਨੇ ਜਨਰੇਟਰ ਵੀ ਤੁਸੀਂ ਜਨਰੇਟਰ ਦੇ ਕੁਝ ਪਾਰਟ ਚਾਹੀਦੇ ਆ ਉਹ ਵੀ ਮਿਲ ਸਕਦੇ ਆ ਕ੍ਰੇਨਸ ਮਿਲ ਸਕਦੀਆਂ ਕ੍ਰੇਨਾਂ ਵੀ ਖੜੀਆਂ ਨੇ ਸਾਰਾ ਕੁਝ ਅਵੇਲੇਬਲ ਹੈ ਤੁਸੀਂ ਉਹ ਵੀ ਗੱਡੀ ਦੇ ਪਾਰਟ ਲੈ ਸਕਦੇ ਹੋ ਜੋ ਅੱਜ ਦੇ ਟਾਈਮ ਤੇ ਗੱਡੀਆਂ ਬੰਦ ਹੋ ਚੁੱਕੀਆਂ ਨੇ ਆਓ ਅਸੀਂ ਇਸ ਗੱਡੀਆਂ ਤੇ ਧਿਆਨ ਮਾਰਦੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਸੀਂ ਦੂਰ ਦੂਰ ਤੱਕ ਗੱਡੀਆਂ ਦੀ ਪੂਰੀ ਰੇਂਜ ਦਿਖਾਓ ਕਿ ਇੱਥੇ ਕਿਹੜੀ ਕਿਹੜੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਦੱਸ ਰਿਹਾ ਸੀ ਕਿ ਇੱਥੇ ਜਨਰੇਟਰ ਇੰਜਨ ਸਭ ਕੁਝ ਮਿਲ ਜਾਂਦਾ ਹੈ ਇੰਜਨ ਦੇ ਪਾਰਟਸ ਵੀ ਦੂਰ ਦੂਰ ਤੱਕ ਦੇਖ ਸਕਦੇ ਹੋ ਹਰੇਕ ਤਰ੍ਹਾਂ ਦਾ ਇੰਜਨ ਇੱਥੇ ਪਿਆ ਹੋਵੇਗਾ ਜਨਰੇਟਰ ਦੇ ਪਾਰਟਸ ਹੋਣਗੇ ਟਰੈਕਟਰ ਦੇ ਪਾਰਟਸ ਹੋਣਗੇ ਤੇ ਹਰੇਕ ਤਰ੍ਹਾਂ ਟਰੈਕਟਰ ਪਾਰਟਸ ਇੰਜਨ ਪਾਰਟਸ ਹੋਣਗੇ ਜਿਹੜੇ ਕਿ ਅਵੇਲੇਬਲ ਈਜ਼ੀ ਪੁਆਇੰਟਸ ਹੁੰਦੇ ਆ ਜੇ ਤੁਹਾਨੂੰ ਇੰਜਨ ਦਾ ਕੋਈ ਸਮਾਨ ਚਾਹੀਦਾ ਹੁੰਦਾ ਹੈ ਤੁਸੀਂ ਆਪਣੇ ਹੀ ਮਕੈਨਿਕ ਲਿਆ ਕੇ ਇਹਦੇ ਵਿੱਚ ਉਹ ਸਮਾਨ ਲੈ ਕੇ ਜਾ ਸਕਦੇ ਹੋ ਉਹ ਇਹਨਾਂ ਦਾ ਕਹਿਣਾ ਹੈ ਕਿ ਆਪਣਾ ਮਕੈਨਿਕ ਲਿਆਓ ਔਰ ਤੁਸੀਂ ਇਹਦੇ ਵਿੱਚ ਜਿਹੜਾ ਪਾਰਟ ਚਾਹੀਦਾ ਤੁਸੀਂ ਪਾਰਟਸ ਲੈ ਕੇ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਲੈਵਲ ਦਾ ਹੈਗਾ ਜੋ ਅਸੈਸਰੀਜ਼ ਇਹਨਾਂ ਇੱਥੇ ਉਹ ਚੀਜ਼ ਅਸੈਸਰੀ ਦੇ ਜਿਹੜੀਆਂ ਅਸੈਸਰੀਆਂ ਸਾਨੂੰ ਬਾਜ਼ਾਰ 'ਚ ਨਹੀਂ ਮਿਲ ਸਕਦੀਆਂ ਔਰ ਇਹਨਾਂ ਕੋਲ ਅਵੇਲੇਬਲ ਹੋਣਗੇ ਆਪਾਂ ਉਧਰਲੇ ਉਸ ਸਾਈਡ ਵੀ ਚੱਲਦੇ ਜੀ ਤੇ ਦਿਖਾ ਸਕਦੇ ਆ ਆਓ ਜੀ ਹਾਂਜੀ ਜਿੱਦਾਂ ਕਿ ਤੁਸੀਂ ਨੇ ਵੇਖਿਆ ਸੀ ਕਿ ਉਸ ਸਾਈਡ ਸਾਰੀਆਂ ਮਤਲਬ ਸੇਲਿੰਗ ਦੇ ਲਈ ਸੀ ਇਧਰ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਸਾਰੇ ਇਹਦੇ ਵਿੱਚ ਤੁਹਾਨੂੰ ਪਾਰਟਸ ਵਗੈਰਾ ਮਿਲ ਸਕਦੇ ਨੇਗੇ ਗੱਡੀਆਂ ਦੇ ਵਿੱਚ ਜੋ ਵੀ ਤੁਹਾਨੂੰ ਚਾਹੀਦੇ ਨੇਗੇ ਇੱਥੇ ਤੱਕ ਕਿ ਜੇਕਰ ਤੁਸੀਂ ਆਪ ਖੁਦ ਗੱਡੀ ਲਈ ਕੋਈ ਵੀ ਪਾਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਆਪ ਦੇਖ ਕੇ ਛਾਣਬੀਨ ਕਰਕੇ ਵਧੀਆ ਤਰੀਕੇ ਨਾਲ ਲੈ ਕੇ ਜਾ ਸਕਦੇ ਹੋ ਤਾਂ ਇੱਧਰ ਸਾਰੇ ਤੁਸੀਂ ਦੇਖ ਸਕਦੇ ਹੋ ਤੇ ਦੂਰ ਦੂਰ ਤੱਕ ਗੱਡੀਆਂ ਟੁੱਟੀਆਂ ਪਈਆਂ ਨੇਗੀਆਂ ਇਹਨਾਂ ਦੇ ਵਿੱਚ ਜਿੱਦਾਂ ਦਾ ਵੀ ਤੁਹਾਨੂੰ ਪਾਰਟ ਪੇਅਰ ਵਗੈਰਾ ਜੋ ਵੀ ਚੀਜ਼ ਚਾਹੀਦੀ ਹੋਈ ਆ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲ ਸਕਦੀ ਹੈ ਸੋ ਇਸ ਤੋਂ ਇਲਾਵਾ ਅੱਜ ਇੱਥੇ ਸਾਡੇ ਨਾਲ ਰਵੀ ਜੀ ਵੀ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਡੀਪਲੀ ਪਤਾ ਇੱਥੋਂ ਦੇ ਬਾਰੇ ਆਓ ਜੀ ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇੱਥੇ ਕਿਹੜੇ ਕਿਹੜੇ ਪਾਰਟਸ ਹੈਗੇ ਨੇਗੇ ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜੀ ਜਿੱਦਾਂ ਆਪਾਂ ਕੋਈ ਵੀ ਸਾਡੀ ਗੱਡੀ ਲਈ ਕੋਈ ਸਮਾਨ ਚਾਹੁੰਦੇ ਆ ਪਾਰਟ ਚਾਹੁੰਦੇ ਜਿੱਦਾਂ ਇਸ ਟਾਈਮ ਅਵੇਲੇਬਲ ਹੈਗਾ ਹਿੱਸਾ ਜੋ ਕਿ ਗੱਡੀ ਦਾ ਮੇਨ ਚੀਜ਼ ਹੁੰਦੀ ਹੈ ਹਿੱਸਾ
ਇਹਦੇ ਨਾਲ ਹੀ ਪਿਛਲੇ ਟਾਇਰ ਚੱਲਦੇ ਆ। ਤੇ ਸਰ ਦੂਸਰਾ ਗੱਡੀ ਦੇ ਸੈੱਲ ਵਗੈਰਾ ਪਏ ਆ ਜਿੱਦਾਂ ਸਾਡੇ ਸੈੱਲ ਡੈਮੇਜ ਹੋ ਜਾਂਦੇ ਆ, ਅਸੀਂ ਉਹ ਗੱਡੀ ਨੂੰ ਦੁਬਾਰਾ ਰੀਨਿਊ ਕਰਨਾ ਤਾਂ ਫਿਰ ਅਸੀਂ ਇੱਦਾਂ ਅਖਬਾਰ ਚੋਂ ਆ ਕੇ ਸੈੱਲ ਲੈਂਦੇ ਆ ਤੇ ਉਸ ਤੋਂ ਬਾਅਦ ਸਾਨੂੰ ਮਿਲਦਾ ਗਾਰਡਰ ਗੱਡੀ ਦਾ। ਇਹ ਹੋ ਗਿਆ ਸੈੱਲ, ਉਸ ਤੋਂ ਬਾਅਦ ਉਹ ਗਾਰਡਰ, ਇਹ ਸੈੱਲ ਉਸ ਦੇ ਉੱਪਰ ਰੱਖਿਆ ਜਾਣਾ, ਮਤਲਬ ਕਿ ਆਪਣੀ ਗੱਡੀ ਜਿਹੜੀ ਆ ਉਹ ਦੁਬਾਰਾ ਨਵੀਂ ਨਵੀਂ ਦੀ ਤਰ੍ਹਾਂ ਹੋ ਜਾਣੀ, ਮੋਡੀਫਾਈ ਕਰ ਸਕਦੇ ਆਪਾਂ ਆਪਣਾ ਜਿਹੜਾ ਜੋ ਵੀ ਨਾ ਸਰਕਾਰੀ ਨੰਬਰ ਆ ਉਹ ਵੇਸਟ ਨਹੀਂ ਜਾਊਗਾ ਤੁਹਾਡਾ, ਤੁਹਾਡੀ ਗੱਡੀ ਔਨ ਦ ਸਪੋਟ ਰੋਡ ਤੇ ਹੋ ਜਾਊਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣਾ ਜੋ ਨੰਬਰ ਰਜਿਸਟ੍ਰੇਸ਼ਨ ਹੈ ਨਾ ਉਹ ਖਤਮ ਨਹੀਂ ਹੋਊਗੀ, ਉਸ ਨੂੰ ਆਪਾਂ ਲਾਗੂ ਕਰਦੇ ਹੋਏ ਜੋ ਵੀ ਸਮਾਨ ਆਪਾਂ ਨੂੰ ਚਾਹੀਦਾ ਜਿੱਦਾਂ ਇਹ ਸੈੱਲ ਖਰਾਬ ਹੋ ਗਿਆ ਜਾਂ ਸੀਟ ਵਗੈਰਾ ਖਰਾਬ ਹੋ ਗਈਆਂ ਸੀਟਾਂ ਆਪਾਂ ਹੋਰ ਮੋਡੀਫਾਈ ਕਰਨੀਆਂ ਉਹ ਸਭ ਅਵੇਲੇਬਲ ਹੈਗੀਆਂ। ਤੇ ਉਸ ਤੋਂ ਇਲਾਵਾ ਟਾਇਰ ਹੋ ਗਏ, ਮੈਕ ਹੋ ਗਏ, ਜਿੱਦਾਂ ਆਪਣੀ ਗੱਡੀ ਨੂੰ ਸਿਰਫ ਵੀਲ ਹੈ ਤੇ ਆਪਾਂ ਚਾਹੁੰਦੇ ਹਾਂ ਕਿ ਥੋੜੀ ਸੋਹਣੀ ਲੱਗੇ, ਉਸ ਲਈ ਆਪਾਂ ਇੱਥੋਂ ਇਹਨਾਂ ਕੋਲੋਂ ਮੈਕ ਲੈ ਸਕਦੇ ਹਾਂ ਔਰ ਟਾਇਰ ਲੈ ਸਕਦੇ ਹਾਂ। ਔਰ ਪਲੱਸ ਜਿੱਦਾਂ ਕਿ ਆਪਾਂ ਆਪਣੀ ਗੱਡੀ ਨੂੰ ਹੋਰ ਉਸ ਤੋਂ ਵਧੀਆ ਮੋਡੀਫਾਈ ਕਰਨਾ, ਇਹਨਾਂ ਕੋਲ ਬਹੁਤ ਜ਼ਿਆਦਾ ਸਮਾਨ ਹੈ, ਜਿਵੇਂ ਕਿ ਇੱਕ ਫੈਂਟਰ ਹੁੰਦਾ ਇੱਕ ਸਾਈਡ ਦਾ, ਉਹ ਆਪਾਂ ਉੱਪਰਲੇ ਮਾਡਲ ਤੇ ਕਰਨਾ, ਇੱਥੇ ਇਹਨਾਂ ਕੋਲ ਐਕਸੀਡੈਂਟ ਆਈ ਹੋਈ ਉਹ ਗੱਡੀ ਦਾ, ਆਪਾਂ ਉਹ ਸਮਾਨ ਪਰਚੇਜ ਕਰਕੇ ਆਪਣੀ ਗੱਡੀ ਨੂੰ ਮੋਡੀਫਾਈ ਕਰ ਸਕਦੇ। ਜੇਕਰ ਦੇਖਿਆ ਜਾਵੇ ਮੈਂ ਪਹਿਲਾਂ ਉਧਰ ਵੀ ਦੇਖਣਾ, ਤੇ ਟੈਂਪੂ ਵਗੈਰਾ ਵੀ ਹੈਗੇ ਨੇ, ਟਰੈਕਟਰ, ਐਂਬੂਲੈਂਸ, ਜਹਾਜ਼, ਮਤਲਬ ਕਿਹੜੀ ਚੀਜ਼ ਨਹੀਂ ਹੈਗੀ ਜਿਹੜੀ ਇੱਥੇ ਤੁਹਾਨੂੰ ਨਹੀਂ ਮਿਲ ਸਕਦੀ ਹਨਾ? ਛੋਟੀ ਚੀਜ਼ ਤਾਂ ਹੈਗੀ, ਵੱਡੀ ਚੀਜ਼, ਵੱਡੀ ਚੀਜ਼ ਤਾਂ ਤੁਹਾਨੂੰ ਪਤਾ ਹੈਲੀਕਾਪਟਰ ਹੀ ਆ ਗਿਆ, ਤਾਂ ਉਸ ਤੋਂ ਵੱਡੀ ਚੀਜ਼ ਤਾਂ ਕੀ ਹੋ ਸਕਦੀ ਆ ਹਨਾ? ਟਰਾਲੇ ਖੜੇ, ਟਰੱਕ ਖੜੇ ਆ, ਕ੍ਰੇਨ ਖੜੀ ਆ, ਹਾਂ, ਤੇ ਔਰ ਪੂਰਾ ਸਮਾਨ ਅਵੇਲੇਬਲ ਹੈ ਜੀ ਜੀ, ਮਤਲਬ ਕਿ ਟਰੱਕ ਵੀ ਨੇ, ਐਂਬੂਲੈਂਸ ਤਾਂ ਪਤਾ ਨਹੀਂ ਦੇਖੋ ਕਿੰਨੀਆਂ ਕਨੇ ਗੱਡੀਆਂ ਵਾਧੂ ਖੜੀਆਂ ਇੱਥੇ, ਤੇ ਨਾਲ ਹੀ ਵੱਡੇ ਟਰਾਲੇ ਵੀ ਨੇਗੇ, ਬਾਈਕ ਵਗੈਰਾ ਵੀ ਤੁਹਾਨੂੰ ਇੱਥੇ ਮਿਲ ਸਕਦੀ ਹੈ, ਮਤਲਬ ਜੋ ਵੀ ਚੀਜ਼ ਤੁਸੀਂ ਜਰਨੇਟਰ ਦਾ ਪਾਰਟ ਲੈਣਾ ਹੋਵੇ, ਤੁਸੀਂ ਕਿਸੇ ਵੀ ਸਾਧਨ ਦੀ ਕੋਈ ਵੀ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ, ਬੜੇ ਹੀ ਈਜ਼ੀਲੀ ਮਿਲ ਸਕਦੀ ਆ, ਤੋ ਜ਼ਿਆਦਾ ਦੂਰ ਨਹੀਂ ਹੈਗਾ ਇਹ, ਵੈਸੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆ, ਤੁਸੀਂ ਮਾਨਸਾ ਦੇ ਵਿੱਚ ਕਿਸੇ ਨੂੰ ਵੀ ਪਤਾ ਕਰ ਸਕਦੇ ਹੋ ਕਿ ਮਿੱਠੂ ਕਵਾੜੀਆ ਕਿੱਥੇ ਆ, ਸੋ ਤੁਹਾਨੂੰ ਨੋਰਮਲੀ ਤੁਹਾਨੂੰ ਪਤਾ ਲੱਗ ਜਾਵੇਗਾ ਐਡਰੈਸ ਦਾ, ਬਾਕੀ ਦਾ ਅਸੀਂ ਨੀਚੇ ਜ਼ਰੂਰ ਮੈਂਸ਼ਨ ਕਰ ਦੇਵਾਂਗੇ ਇਹਨਾਂ ਦਾ ਪਤੇ ਦਾ, ਜੇਕਰ ਕਿਸੇ ਨੇ ਵੀ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ, ਬਾਕੀ ਦਾ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਤਾਂ ਤੁਸੀਂ ਜ਼ਰੂਰ। ਮੈਮ ਨੇ ਐਡਰੈਸ ਦੀ ਗੱਲ ਕੀਤੀ ਆ, ਐਡਰੈਸ ਦੇ ਇੱਥੇ ਦਾ ਐਡਰੈਸ ਹੈਗਾ ਮਾਨਸਾ ਕੈਂਚੀਆ, ਜੇ ਤੁਸੀਂ ਮਾਨਸਾ ਚ ਐਂਟਰ ਕਰਦੇ ਹੋ ਮਾਨਸਾ ਕੈਂਚੀਆ ਆ ਕੇ ਪੁੱਛ ਲੈਣਾ, ਮਾਨਸਾ ਕੈਂਚੀਆ ਤੋਂ ਇੱਕ ਰੋਡ ਬਠਿੰਡੇ ਵੱਲ ਨੂੰ ਜਾਂਦਾ, ਇੱਕ ਰੋਡ ਜਾਂਦਾ ਬੁਢਲਾਡੇ ਵਾਲੀ ਸਾਈਡ ਤੋਂ, ਇੱਕ ਜਾਂਦਾ ਬਨਾਲੇ ਵਾਲੀ ਸਾਈਡ ਤੋਂ, ਔਰ ਇੱਕ ਮੇਨ ਮਾਨਸਾ ਬੱਸ ਸਟੈਂਡ ਨੂੰ ਜਦੋਂ ਜਾਂਦੇ ਆ ਰੋਡ ਤੇ ਹੀ ਮੱਠੂ ਕੁਵਾੜੀ ਵਾਲੀ ਦੁਕਾਨ ਪੈ ਰਹੀ ਆ। ਹਾਂਜੀ, ਤੁਸੀਂ ਦੂਰੋਂ ਦੇਖ ਸਕਦੇ ਹੋ, ਜਦੋਂ ਤੁਹਾਨੂੰ ਮਾਨਸਾ ਹਾਈਵੇ ਰੋਡ ਤੇ ਸਰੂਰਗੜ੍ਹ ਸਿਰਸਾ ਰੋਡ ਤੇ ਜਾਓਗੇ ਸਾਹਮਣੇ ਹੀ ਤੁਹਾਨੂੰ ਜਹਾਜ਼ ਖੜੇ ਦੇਖਣਗੇ, ਔਰ ਜਿਹੜੇ ਜਹਾਜ਼ ਦਿਖ ਰਹੇ ਨੇ ਇਹਦਾ ਮਤਲਬ ਉਹ ਮਿੱਠੂ ਕੁਵਾੜੀਏ ਦੀ ਸਾਰਾ ਹੀ ਜਗ੍ਹਾ ਅਲੋਟ ਹੋ ਚੁੱਕੀ ਹੈ, ਉਹ ਮਿੱਠੂ ਕੁਵਾੜੀਆ ਹੀ ਸਟਾਰਟ ਹੋ ਚੁੱਕਾ ਹੈ, ਤੁਸੀਂ ਉੱਥੇ ਐਂਟਰ ਕਰਕੇ ਅੰਦਰ ਜਾ ਕੇ ਤੁਸੀਂ ਆਪਣੀ ਗੱਡੀਆਂ ਦੇ ਪਾਰਟਸ ਦੇ ਸਕਦੇ ਹੋ। ਆਹ ਦੇਖੋ ਮੈਮ, ਹੁਣ ਇਹ ਗੱਡੀ ਖੜੀ ਆ, ਇਹਦਾ ਕੈਮਨ ਆਪਣਾ ਖਰਾਬ ਹੋ ਗਿਆ, ਉਹ ਬੰਦਾ ਕੈਮਨ ਲੈ ਗਿਆ ਨਾ ਕੋਲ ਉੱਪਰ ਚੇਂਜ ਕਰਕੇ, ਇਸ ਤਰ੍ਹਾਂ ਆਪਣੀ ਉਹ ਗੱਡੀ ਫਿਰ ਰੀਨਿਊ ਹੋ ਗਈ। ਕੈਮਨ ਉਸ ਨੂੰ ਕਿਹਾ ਜਾਂਦਾ ਜਿੱਦਾਂ ਉਹ ਸਾਹਮਣੇ ਗੱਡੀ ਲੱਗੀ ਆ, ਕੈਂਟਰ ਉਹਦਾ ਅਲੱਗ ਕੈਮਨ ਹੁੰਦਾ ਆ, ਜਿੱਦਾਂ ਇਹ ਗੱਡੀ ਦਾ ਕੈਮਨ ਹੈ, ਇਹਨੂੰ ਉਤਾਰ ਦਿਓ ਔਰ ਆਪਣੀ ਗੱਡੀ ਤੇ ਲਵਾ। ਮੈਂ ਦੱਸਣਾ ਚਾਹਾਂਗਾ ਦਰਸ਼ਕਾਂ ਨੂੰ ਕਿ ਕੈਬਨ ਉਹ ਚੀਜ਼ ਹੈ ਗੱਡੀ ਦਾ ਫਰੰਟ ਪਾਰਟ, ਜਿਸ ਤਰ੍ਹਾਂ ਕਿ ਬੈਕ ਪਾਰਟ ਲੱਗਾ ਹੋਇਆ ਹੈ ਗੱਡੀ ਦੇ ਫਰੰਟ ਪਾਰਟ, ਜਿਹਦੇ ਉੱਪਰ ਪਹਿਲਾਂ ਇੰਜਨ ਨੀਚੇ ਔਰ ਇੰਜਨ ਦੇ ਉੱਪਰ ਜਿਹੜੀ ਬੋਡੀ ਹੁੰਦੀ ਹੈ ਫਸਟ ਪਾਰਟ ਹੁੰਦਾ ਆ, ਉਹ ਉਸਨੂੰ ਅਸੀਂ ਕੈਬਨ ਕਹਿੰਦੇ ਨੇ, ਉਹਦੇ ਵਿੱਚ ਡਰਾਈਵਰ ਸੀਟ ਔਰ ਕੰਡਕਟਰ ਸੀਟ ਦੋਨੋਂ ਅਵੇਲੇਬਲ ਹੁੰਦੀਆਂ ਨੇ। ਬਿਲਕੁਲ, ਇੱਕ 1983 ਮਾਡਲ ਵਾਲ ਵੀ ਤੁਹਾਨੂੰ ਦਿਖਾ ਸਕਦੇ ਹਾਂ, ਉਹਨਾਂ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਜੀ। ਇਹ ਸਭ ਤੋਂ ਪਹਿਲਾਂ ਆਪਣੀਆਂ ਪੁਰਾਣੀਆਂ ਫਿਲਮਾਂ 'ਚ ਵੀ ਆਏ ਹੋਏ ਆ ਔਰ ਬੜੀ ਚੀਜ਼ ਤੋਂ ਬਾਅਦ ਅੱਜ ਫਸਟ ਟਾਈਮ ਦੇਖ ਰਹੇ ਹਾਂ। ਅੱਛਾ, ਬਹੁਤ ਬਹੁਤ ਜ਼ਿਆਦਾ ਪੁਰਾਣੀਆਂ ਚੀਜ਼ਾਂ ਇੱਥੇ ਹੈਗੀਆਂ ਨੇ, ਸੋ ਇੱਕ ਵਾਰੀ ਤੁਸੀਂ ਵੀ ਜ਼ਰੂਰ ਆ ਕੇ ਦੇਖ ਸਕਦੇ ਹੋ, ਤੁਹਾਨੂੰ ਹਰ ਚੀਜ਼ ਇੱਥੇ ਦੇਖਣ ਨੂੰ ਮਿਲੇਗੀ। ਹਾਂਜੀ, ਕਿੰਨਾ ਮਾਡਲ ਹੈ ਇਹ? ਮੇਰੇ ਖਿਆਲ ਨਾਲ ਬੜੀ ਪੁਰਾਣੀ ਹੈ, 1983 ਦੇ ਕਰੀਬ ਹੈ।
सब तो पहलियां गड्डियां अपने इंडिया दियां जो कि सानू सेफ्टी दिंदी सी अज दे टाइम दा पीपा जई है चीजा खरीदन तक आए ने बिलकुल मैम इत्थे आंदे रहंदे ने पोलिटिकल बंदे भी आंदे रहंदे ने क्योंकि उन्होंने देखना होंदा है कि साडी भी गड्डी दा पार्ट्स कित्थों मिल सकदा और मानसे दा बड़ा नाम है एक मिठू कुवारिये करके एक सिद्धू मूसे वाले करके मतलब छोटी मोटी गल नहीं हैगी एक लीडर तक इत्थे आंदे ने ते दूजा हेलीकॉप्टर दी गल जेकर करिए आपां सो हर एक दे रेंज दे विच ए चीज नहीं हैगी सो मेरे कहे ते एक बारी तुसी भी जरूर इत्थे आके देखियो ते जेकर किसी नु भी चीज दी लोड़ होई ता तुसी इत्थों खरीद सकदे हो ते बहुत ही घट रेट ते मिल सकदे आ तुहानू खरीद सकते हो गे इथो एक छोटी चीज तो लाके वड्डी चीज तक इजली मिल सकती है उम्मीद कर दे कि तुहानू साडा अज दा प्रोग्राम जरूर पसंद आया होगा अगले बारी फिर तो लैके आवांगे कुछ वखरी चीज जो कि तुहानू पसंद आवेगी हुण तक कहिण कि मैनू प्रवीण भवानी गल नू दिओ इजाजत बहुत बहुत धन्यवाद सत श्री अकाल।